ਇਹ ਚੋਰੀ ਬਾਰੇ ਜੀ, ਮੈਂ ਵੀਰਵਾਰ ਡੇਰੇ ਬਿਆਸ ਜਾਂਦਾ, ਮੇਰਾ ਪੱਕਾ ਬੈਚ, ਉੱਥੇ ਮੇਰੀ ਡਿਊਟੀ ਹੈ। ਅਤੇ ਸ਼ੁੱਕਰਵਾਰ ਇੱਥੇ ਮੈਨੂੰ ਮੇਰੇ ਆਉਣ 'ਤੇ ਪਤਾ ਲੱਗਾ ਵੀ ਮੁੰਡੇ ਦੀ ਡੈਥ ਹੋ ਗਈ ਹੈ। ਐਤਵਾਰ ਮੈਂ ਰਾਤ ਨੂੰ 10:30 ਵਜੇ ਘਰ ਆਇਆ, ਅਤੇ ਫਿਰ ਸਵੇਰੇ ਪਤਾ ਲੱਗਾ ਵੀ ਮੈਂ ਗਿਆ ਉਹਨਾਂ ਦੇ ਘਰੇ ਵੀ ਦੁੱਖ ਸੁੱਖ ਕਰਨ ਵਾਸਤੇ। ਮੈਨੂੰ ਪਤਾ ਲੱਗਿਆ ਕਿ ਵੀ ਚੌਕੀਦਾਰ ਦੀ ਡਿਊਟੀ ਲੱਗੀ ਹੈ ਵੀ ਪੱਠੇ ਡੱਠੇ ਪਾਉਣ ਵਾਸਤੇ ਪਸ਼ੂਆਂ ਨੂੰ। ਚਲੋ ਵੀ ਮੈਂ ਕਿਹਾ ਲੱਗੀ ਹੈ ਤਾਂ 2-4 ਦਿਨ ਅਸੀਂ ਸੇਵਾ ਕਰ ਦਿੰਦੇ ਹਾਂ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਆ ਟੋਕੇ ਦੀ ਮੋਟਰ ਲੈ ਗਈ। ਅਸੀਂ ਕਈਆਂ ਸੱਜਣਾ ਭਰਾਵਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਜਾਣ ਹੋਣ ਲੱਗ ਗਿਆ। ਉਸ ਤੋਂ ਬਾਅਦ ਆ ਦਾਣਿਆਂ ਦੀ ਚੋਰੀ, ਝੋਨੇ ਦੀ ਚੋਰੀ, ਸਿਲੰਡਰਾਂ ਦੀ ਚੋਰੀ, ਅਗਾਂਹ ਚੋਰੀਆਂ ਆਉਂਦੀਆਂ ਗਈਆਂ। ਫਿਰ ਮੈਂ ਤਿੰਨ ਚਾਰ ਫੋਨ ਸੀਟੀ SHO ਸਾਹਿਬ ਨੂੰ ਲਾਏ ਵੀ ਮੈਂ ਕਿਹਾ ਸਰ ਨੁਕਸਾਨ ਹੋਈ ਜਾਂਦਾ ਹੈ, ਨਾਂਦਾ ਅਗਾਂਹ ਤੋਂ ਅਗਾਂਹ ਜ਼ਿਆਦਾ ਤੋਂ ਜ਼ਿਆਦਾ ਹੋਇਆ ਜਾਂਦਾ, ਤੁਸੀਂ ਆ ਕੇ ਕੋਈ ਪਤਾ ਕਰੋ। ਉਹਨਾਂ ਕਹੋ ਨਹੀਂ ਮੈਂ ਭੇਜਣਾ ਕਿਸੇ ਨੂੰ। ਅਗਾਂਹ ਹੌਲੀ ਹੌਲੀ ਸਮਾਨ ਵੱਧਦਾ ਗਿਆ, ਚੋਰੀ ਹੁੰਦੀ ਗਈ, ਮੈਂ ਕਰਲਾਉਂਦਾ ਗਿਆ। ਅਖੀਰੀ ਹਾਰ 'ਤੇ ਮੈਂ DSP ਨੂੰ ਫੋਨ ਲਾਇਆ। DSP ਨੇ ਵੀ ਕਿਹਾ ਵੀ ਮੈਂ SHO ਨੂੰ ਸਾਹਿਬ ਨੂੰ ਕਹਿੰਦਾ ਤਾਂ ਮੈਂ ਭੇਜਣਾ। ਉਸ ਤੋਂ ਅਗਾਂਹ ਜਿਹੜੇ ਆ ਸੰਦੂਕ ਸੰਦਾਖ ਅਤੇ ਸਾਰੀਆਂ ਅਲਮਾਰੀਆਂ ਲਬੋਰੀਆਂ, ਮੰਨ ਲੈ ਵੀ ਇੱਥੇ ਨਾ ਤਾਂ ਕੋਈ ਕਣਕ ਰਹਿ ਗਈ, ਨਾ ਕੋਈ ਇੱਥੇ ਬੱਠਲ ਕੁਰਸੀਆਂ, ਅਤੇ ਇੱਕ ਇੱਥੋਂ ਮੰਜਾ ਵੀ ਚੌ ਗਿਆ ਹੈ, ਅਤੇ ਦਾਣੇ ਅਤੇ ਜਿੰਨੀਆਂ ਵੀ ਬਾਰੀਆਂ ਸੰਦੂਕ ਸਾਰੀਆਂ ਉੱਧਰ ਪੁਲਿਸ ਆਈ ਹੈ ਕੱਲ੍ਹ ਨਹੀਂ ਤਾਂ ਪਰਸੋਂ। SHO ਸਾਹਿਬ ਆਏ ਨੂੰ ਵੀ ਉਹਨਾਂ ਆ ਤੇ ਜਦੋਂ ਕਮਰੇ ਸਾਰੇ ਅੰਦਰ ਅੰਦਰ ਅਸੀਂ ਬੜੇ ਕੋ ਨਹੀਂ ਹੈ, ਬਾਰ ਬਾਰ ਦੇ ਜਿਹੜਾ ਸਮਾਨ ਪਿਆ ਹੁੰਦਾ ਸੀ, ਨਿਗਹਿ ਜਿਹੜੀਆਂ ਕੱਪੜੇ ਧੋਣ ਲਈ ਮਸ਼ੀਨਾਂ LDDਆਂ ਉਹ ਅੰਦਰ ਸੀਗੀਆਂ, ਫਰਿੱਜਾਂ ਅੰਦਰ ਸੀ, ਅਸੀਂ ਬਾਰੀ 'ਚ ਵੇਖ ਕੇ ਤਾਂ ਹਟ ਜਾਂਦੇ ਆ। ਅਖੀਰ 'ਤੇ ਜਦੋਂ ਪੁਲਿਸ ਆਈ ਉਸ ਟਾਈਮ 'ਤੇ ਕੁਛ ਵੀ ਨਹੀਂ ਰਹਿ ਗਿਆ ਘਰ ਵਿੱਚ। ਕਿੰਨੀਆਂ ਫਰਿੱਜਾਂ ਚੋਰੀਆਂ ਹੋਈਆਂ ਹੋਣਗੀਆਂ, ਕਿੰਨਾ ਸਿਲੰਡਰ, ਕਿੰਨੇ ਚੋਰੀ ਹੋਏ ਹੋਣਗੇ? ਸਿਲੰਡਰ 3 ਜਾਂ ਕਿੰਨੇ ਹੋਏ? ਫਰਿੱਜਾਂ ਮੇਰੇ ਹਿਸਾਬ ਨਾਲ, ਮੇਰੇ ਹਿਸਾਬ ਨਾਲ ਇਹਨੂੰ ਨਾ ਦੇ, ਇਹ ਜਰਨੈਲ ਸਿੰਘ ਦੇ, ਪਤਾ ਨਹੀਂ ਮੁੰਡੇ ਨੂੰ ਕੋਈ ਵਿਆਹ ਦੀ ਮਿਲੀ ਹੈ ਜਾਂ ਨਹੀਂ ਮਿਲੀ ਹੈ। ਇਹਨਾਂ ਦੀ ਫਰਿੱਜ ਇੱਥੇ ਅੱਜ ਵੀ ਅੰਦਰ ਪਈ ਹੈ। ਕੂਲਰ, ਪੱਖੇ, ਬਈ ਜਿਵੇਂ ਜਿਵੇਂ ਦਿਨ ਪੈਂਦਾ ਗਿਆ ਉਵੇਂ ਉਵੇਂ ਵੱਧਦੀ ਗਈ ਚੋਰੀ, ਵੱਧਦੀ ਗਈ। ਮੈਂ ਚੇਅਰਮੈਨ ਸਾਹਿਬ ਉਹਨੂੰ, ਆਪਣੇ ਪਰਮਜੀਤ ਚੇਅਰਮੈਨ ਸਾਹਿਬ ਨੂੰ ਵੀ ਮੈਂ ਫੋਨ ਕੀਤਾ ਵੀ ਇਸ ਤਰ੍ਹਾਂ ਚੋਰੀਆਂ ਹੋਈਆਂ ਜਾਂਦੀਆਂ ਨੂੰ ਕੋਈ ਤੁਸੀਂ ਉਪਰਾਲਾ ਕਰੋ ਵੀ ਇਹ ਘਰ ਖਾਲੀ ਹੋ ਜਾਣਾ। ਹੁਣ ਇਸ ਟਾਈਮ ਤਾਂ ਖਾਲੀ ਹੀ ਹੈ, ਸਮਝ ਲੈ ਬਈ ਖਾਲੀ ਪੇਟੀਆਂ ਅਤੇ ਖਾਲੀ ਬੈੱਡ ਪਏ ਨੂੰ। ਅਤੇ ਸਾਨੂੰ ਤਾਂ ਅਸੀਂ ਤਾਂ ਸਵੇਰੇ ਆ ਕੇ ਪੱਠੇ ਡੱਟਾ ਪਾ ਕੇ ਪਾਣੀ ਦਾਣੀ ਪਵਾ ਕੇ 12 ਵਜੇ, ਫਿਰ ਸ਼ਾਮ ਨੂੰ 5 ਵਜੇ ਪਸ਼ੂਆਂ ਨੂੰ ਸੰਭਾਲ ਕੇ ਪੱਠੇ ਡੱਟਾ ਪਾ ਕੇ, ਉਸ ਤੋਂ ਬਾਅਦ ਇੱਥੋਂ ਮੇਰਾ 5 ਕਿੱਲੇ ਘਰ ਦੂਰ ਹੈ, ਨਾ ਅਸੀਂ ਉਸ ਵਿੱਚੇ ਦੇ ਆਈਏ ਅਤੇ ਨਾ ਜਾਈਏ। ਇਹ ਜੀ ਇਹ ਮਾਲਕਾਂ ਨੂੰ ਪਤਾ ਵੀ ਕਿੰਨਾ ਇਹਨਾਂ ਦਾ ਸਮਾਨ ਸੀਗਾ, ਕਿੰਨਾ ਨਹੀਂ ਸੀ। ਜਿਹੜਾ ਸਾਡੀਆਂ ਬਾਹਰ ਕਮਰਿਆਂ ਤੋਂ ਬਾਹਰ ਬਾਹਰ ਸਾਡੀਆਂ ਨਜ਼ਰਾਂ ਸੀਗਾ, ਜਿਵੇਂ ਜਿਵੇਂ ਚਾਹੁੰਦਾ ਕਿ ਉਵੇਂ ਮੈਂ SHO ਸਾਹਿਬ ਨੂੰ, DSP ਸਾਹਿਬ ਨੂੰ, ਮੈਂ DSP ਸਾਹਿਬ ਨੂੰ ਕਿਹਾ ਵੀ ਕੱਲ੍ਹ ਨੂੰ ਮੇਰੇ 'ਤੇ ਇਤਰਾਜ਼ ਨਾ ਆਵੇ। ਉਹਨੇ ਕਿਹਾ ਤੈਨੂੰ ਕੁਛ ਨਹੀਂ ਪੁੱਛਦਾ, ਬਾਕੀ ਤੂੰ ਪਸ਼ੂਆਂ ਦੀ ਸੇਵਾ ਕਰ। ਗਰੂ ਜੀ ਇਹ ਬਹਿਰੇ ਸੁਣਨ 'ਚ ਆਇਆ ਜਦੋਂ ਮੈਂ ਡੇਰੇ ਵਿੱਚੋਂ ਹੱਟ 'ਤੇ ਆਇਆ ਬਈ 31 ਤਰੀਕ ਦਾ ਬਈ ਸ਼ਹਿਰ ਵਿੱਚ ਕੋਈ ਵਾਕਿਆ ਹੋਇਆ ਹੈ, ਬਈ ਉੱਥੇ ਵਾਕਿਆ ਕੀ, ਉੱਥੇ ਸੱਟਾਂ ਵੱਜੀਆਂ ਮੁੰਡੇ ਨੂੰ, ਸੱਟਾਂ ਵੱਜੀਆਂ, ਉਹ ਫੱਟੜ ਹੋ ਗਿਆ, ਜ਼ਖਮੀ ਹੋ ਗਿਆ, ਉਹਨੂੰ ਬਈ ਗੰਗਾਨਗਰ ਲੈ ਗਏ ਦਾਖਲ। ਅਤੇ ਉਸ ਤੋਂ ਬਾਅਦ
ਗੰਗਾ ਨਗਰ ਉਹਨੇ ਅੰਤਮ ਸਾਹਸ ਦੇ ਦਿੱਤੀ। ਉਸ ਤੋਂ ਬਾਅਦ ਵੀਰਵਾਰ ਮੈਂ ਡੇਰੇ ਚਲਾ ਗਿਆ ਅਤੇ ਫਿਰ ਸ਼ੁੱਕਰਵਾਰ ਉਹਦੀ ਅੰਤਮ ਸੰਸਕਾਰ ਹੋਇਆ। ਸੁਣਿਆ ਉਹਨੇ ਚਾਹ ਇਹ ਗੱਲ ਆਈ ਹੈ ਵੀ ਜਦੋਂ ਸ਼ੁੱਕਰਵਾਰ ਮੁੰਡੇ ਦੀ ਡੈਥ ਹੋਈ ਹੈ ਅਤੇ ਇੱਥੇ ਰੌਲਾ ਰੱਪਾ ਪੀਆ ਅਤੇ ਇਹ ਘਰ ਛੱਡ ਦੇ ਭੱਜ ਗਏ। ਪਹਿਲਾਂ ਹੀ ਇੱਥੋਂ ਉਹਨੂੰ ਗੰਗਾ ਨਗਰ ਡੈਥ ਹੋ ਗਈ, ਇੱਥੇ ਕਿਤੇ ਉਹਨਾਂ ਨੂੰ ਪਤਾ ਲੱਗਾ ਹੋਣਾ ਹੈ। ਅਤੇ ਇਹ ਸ਼ੁੱਕਰਵਾਰ ਸਵੇਰੇ ਨਾਲ ਹੀ ਮੇਰੇ ਸੁਣਨ 'ਚ ਆਇਆ ਵੀ ਇਹ ਘਰ ਬਾਰ ਘਰਾਂ ਦੀ ਕੋਈ ਜੰਦਰੇ ਲਾਏ ਤਾਂ ਕੋਈ ਨਾ ਲਾਏ ਤਾਂ ਭੱਜ ਗਿਆ। ਇਸ ਟਾਈਮ ਸਾਨੂੰ ਜੀ ਘੱਟ ਤੋਂ ਘੱਟ ਵੀ ਮੇਰੇ ਖਿਆਲ ਵੀ 21 ਦਿਨ 22 ਦਿਨ ਹੋ ਗਏ ਵੀ ਅਸੀਂ ਇਹਨਾਂ ਨੂੰ ਪਾਣੀ ਪਵਾਉਣੇ ਹੈ, ਅਸੀਂ ਇਹਨਾਂ ਨੂੰ ਪੱਠੇ ਪਾਉਣੇ ਹੈ ਪਸ਼ੂਆਂ ਨੂੰ। ਅਤੇ ਇਹ ਜਦੋਂ ਪਹਿਲਾਂ ਪੁਲਿਸ ਪਹਿਲਾਂ ਜਦੋਂ ਆਈ ਸੀ ਜਦੋਂ ਕੋਈ ਇੱਥੇ ਵੀ ਪੱਠੇ ਪੁੱਠੇ ਪਵਾਉਣ ਵਾਸਤੇ, ਉਦੋਂ ਇਹਨਾਂ ਨੇ ਕੋਈ ਪੁਲਿਸ ਵਾਲੇ ਆਖਿਆ ਵੀ ਠੰਡ ਪੈਂਦੀ ਹੈ ਕੋਈ ਦੋ ਚਾਰ ਖੁੱਲੀਆਂ ਛੱਡ ਦਿਉ ਦੋ ਦੋ ਅਤੇ ਕੋਈ ਬੰਨ ਦਿਉ, ਨਾਲ ਦੀ ਤੁਸੀਂ ਸੇਵਾ ਕਰੋ ਪਸ਼ੂਆਂ ਦੀ। ਅਸੀਂ ਉਹਨਾਂ ਦੀ ਕਰੀ ਜਾਂਦੇ ਸੇਵਾ ਉਹਨਾਂ ਦੀ ਪਸ਼ੂਆਂ ਦੀ। ਨਾਂਦਾ ਪਰਿਵਾਰ ਦਾ ਅਸੀਂ ਮੈਂ ਨਹੀਂ ਆ ਰਹੀ ਨਜ਼ਰਾਂ ਨਾਲ ਵੇਖਾ, ਕਿਉਂ ਅਸੀਂ ਸਵੇਰੇ ਦੁਪਹਿਰੇ ਸ਼ਾਮੀ 5 ਵਜੇ ਅਸੀਂ ਉਸ ਤੋਂ ਬਾਅਦ ਆਪਦੇ ਘਰੇ। ਅਤੇ ਇਹ ਰਾਤ ਨੂੰ ਜਿਹੜੀ ਵੀ ਚੋਰੀ ਹੋਈ ਹੈ ਰਾਤ ਨੂੰ ਹੁੰਦੀ ਰਹੀ ਹੈ। ਇਹ ਹੁਣ ਪਰਮਾਤਮਾ ਨੂੰ ਪਤਾ ਕੌਣ ਲੈ ਗਿਆ ਕੌਣ ਨਹੀਂ ਲੈ ਗਿਆ, ਜਿੰਨਾ ਕੁ ਮੈਨੂੰ ਪਤਾ ਹੈ।